ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ? ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਜੇ ਗੱਲ ਬੁਰੀ ਲੱਗੇ ਤਾਂ ਦੋ ਤਰੀਕਿਆਂ ਦੇ ਨਾਲ ਸੋਚੋ। ਜੇ ਤਾਂ ਗੱਲ ਮਹੱਤਵਪੂਰਨ ਹੈ, ਇਨਸਾਨ ਨੂੰ ਭੁੱਲ ਜਾਓ। ਜੇ ਇਨਸਾਨ ਮਹੱਤਵਪੂਰਨ ਹੈ ਤਾਂ ਤੁਸੀਂ ਗੱਲ ਨੂੰ ਭੁੱਲ ਜਾਓ। ਉਸ ਇਨਸਾਨ ਨੂੰ ਕੋਈ ਨਹੀਂ ਬਦਲ ਸਕਦਾ ਜਿਸ ਨੂੰ ਆਪਣੇ ਆਪ ਵਿੱਚ ਕੋਈ ਗਲਤੀ ਹੀ ਨਜ਼ਰ ਨਾ ਆਉਂਦੀ ਹੋਵੇ। ਹੁਣ ਉਹ ਜ਼ਮਾਨਾ ਨਹੀਂ ਰਿਹਾ ਜਦੋਂ ਲੋਕ ਆਪਣੀਆਂ ਖੁਸ਼ੀਆਂ ਕਰਕੇ ਰਿਸ਼ਤੇ ਨਿਭਾਉਂਦੇ ਨੇ, ਆਪਣੇ ਖੁਸ਼ੀਆਂ ਨੂੰ ਪਿੱਛੇ ਕਰਕੇ। ਹੁਣ ਤਾਂ ਇਹ ਵਾਲਾ ਜ਼ਮਾਨਾ ਹੈ ਕਿ ਆਪਣੀ ਖੁਸ਼ੀ ਦਾ ਕਰਕੇ ਲੋਕ ਰਿਸ਼ਤੇ ਹੀ ਛੱਡ ਦਿੰਦੇ ਨੇ। ਪੈਰਾਂ ਦੀ ਚਾਲ ਤਾਂ ਹਰੇਕ ਨਾਲ ਮਿਲ ਹੀ ਜਾਂਦੀ ਹੈ, ਪਰ ਦਿਲ ਦੀ ਬਾਤ ਕਿਸੇ ਵਿਰਲੇ ਨਾਲ ਹੀ ਮਿਲਦੀ ਹੈ। ਸਾਰੇ ਰਿਸ਼ਤੇ ਨਾਤੇ ਲੱਭ ਜਾਂਦੇ ਨੇ ਜਦੋਂ ਵੀ ਤੂੰ ਚਾਹਵੇਂਗਾ। ਜੇ ਮਾਂ ਬਾਪ ਹੀ ਚਲੇ ਗਏ, ਦੱਸ ਫਿਰ ਕਿੱਥੋਂ ਲਿਆਵੇਂਗਾ? ਇਨਸਾਨ ਉਹੀ ਨੇ, ਬਸ ਹਾਲਾਤ ਬਦਲ ਜਾਂਦੇ ਨੇ। ਦਿਲ ਤਾਂ ਉਹੀ ਨੇ, ਬਸ ਜਜ਼ਬਾਤ ਬਦਲ ਜਾਂਦੇ ਨੇ। ਇਨਸਾਨ ਦੀ ਜੂਨ ਕੱਟਦੇ ਤਾਂ ਸਾਰੇ ਨੇ, ਪਰ ਜਿਉਂਦਾ ਤਾਂ ਕੋਈ ਕੋਈ ਹੀ ਹੈ। ਦਿਲ ਦੀ ਅਮੀਰੀ ਹੋਣੀ ਚਾਹੀਦੀ ਹੈ। ਹਰ ਚੀਜ਼ ਤੁਸੀਂ ਪੈਸੇ ਨਾਲ ਨਹੀਂ ਖਰੀਦ ਸਕਦੇ। ਸੁੱਖ ਮੰਗਿਆ ਕਰੋ ਰੱਬ ਕੋਲੋਂ, ਹਰ ਚੀਜ਼ ਮੁੱਲ ਨਹੀਂ ਵਿਕਦੀ। ਕਬਰਾਂ ਵਰਗੀ ਖਾਮੋਸ਼ੀ ਹੈ ਮੇਰੇ ਦਿਲ ਅੰਦਰ, ਕੋਈ ਆ ਰਿਹਾ ਹੈ, ਕੋਈ ਜਾ ਰਿਹਾ ਹੈ। ਚੰਗੇ ਲੋਕਾਂ ਨੇ ਮੈਨੂੰ ਖੁਸ਼ੀਆਂ ਦਿੱਤੀਆਂ ਨੇ ਅਤੇ ਬੁਰੇ ਲੋਕਾਂ ਨੇ ਮੈਨੂੰ ਸਬਕ ਦਿੱਤਾ ਹੈ ਅਤੇ ਬਹੁਤ ਚੰਗੀਆਂ ਯਾਦਾਂ ਦਿੱਤੀਆਂ ਨੇ। ਖਾਲੀ ਪੇਟ ਨਿਕਲ ਜਾਂਦੇ ਨੇ ਘਰੋਂ ਅਕਸਰ ਹੀ ਲੋਕ। ਕੰਮਾਂ ਵਾਲਿਆਂ ਨੂੰ ਜ਼ਿੰਮੇਵਾਰੀਆਂ ਦਿਖਦੀਆਂ ਨੇ, ਆਪਣੀ ਪੇਟ ਦੀ ਭੁੱਖ ਨਹੀਂ। ਜ਼ਿੰਦਗੀ ਦੀਆਂ ਠੋਕਰਾਂ ਵੀ ਕਾਮਯਾਬੀ ਦਾ ਇੱਕ ਅਹਿਮ ਹਿੱਸਾ ਹੁੰਦੀਆਂ ਨੇ। ਹਾਲਾਤਾਂ ਅਨੁਸਾਰ ਬਦਲਣਾ ਸਿੱਖੋ। ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਤਾਂ ਨਹੀਂ ਰਹਿੰਦੀ। ਆਪਣੇ ਆਪ ਨੂੰ ਇੰਨਾ ਕੁ ਢੀਠ ਕਰ ਲਓ ਕਿ ਲੋਕ ਤੁਹਾਡੀ ਜ਼ਿੰਦਗੀ 'ਚ ਆਉਣ ਜਾਣ ਤੁਹਾਨੂੰ ਕੋਈ ਫਰਕ ਹੀ ਨਾ ਪਵੇ। ਸਬਰ ਸੰਤੋਖ ਕਰਨਾ ਇਹ ਤਾਂ ਪੰਛੀਆਂ ਤੋਂ ਸਿੱਖੋ, ਜੋ ਸ਼ਾਮ ਨੂੰ ਆਪਣਾ ਪੇਟ ਭਰ ਕੇ ਆਪਣੇ ਆਲਣੇ ਵਿੱਚ ਤਾਂ ਜਾਂਦੇ ਨੇ, ਪਰ ਸਵੇਰ ਵਾਸਤੇ ਵੀ ਚੋਗਾ ਇਕੱਠਾ ਕਰਕੇ ਨਹੀਂ ਲੈ ਕੇ ਜਾ ਸਕਦੇ। ਅਕਸਰ ਸਾਡੀਆਂ ਅੱਖਾਂ ਉਹੀ ਲੋਕ ਖੋਲ੍ਹਦੇ ਨੇ ਜਿਨ੍ਹਾਂ 'ਤੇ ਅਸੀਂ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹਾਂ। ਮੇਰੀ ਚੁੱਪ ਨੂੰ ਮੇਰੀ ਆਕੜ ਨਾ ਸਮਝਣਾ। ਕੁਝ ਅਜਿਹੀਆਂ ਠੋਕਰਾਂ ਖਾਧੀਆਂ ਨੇ ਮੈਂ ਕਿ ਬਸ ਬੋਲਣ ਦਾ ਹੀ ਮਨ ਨਹੀਂ ਕਰਦਾ। ਧੰਨਵਾਦ ਜੀ।